ਕਹਿੰਦਾ ਨਾ ਜਿੱਥੇ ਲਈ ਆਉਂਦੀਆਂ ਥੱਲੇ ਦਰੀਆਂ ਵਿਛੀਆਂ ਤਾਂ ਪਈਆਂ ਉੱਥੇ ਬਿਠਾ ਦਾ। ਮੰਮੀ ਥੱਲੇ ਹੀ ਬੈਠੇ ਸੀਗੇ, ਮੈਂ ਤਾਂ ਇਹਨਾਂ ਨੂੰ ਤਾਂ ਲੈ ਕੇ ਆਈ ਆ ਵੀ ਇਹਨਾਂ ਨੇ ਨਾ ਤੁਹਾਡੇ ਨਾਲ ਕੋਈ ਸਲਾਹ ਕਰਨੀ ਸੀ। ਹਾਂ ਦੱਸ ਭਾਈ ਕੀ ਸਲਾਹ ਕਰਨੀ ਆ ਤੂੰ? ਮਾਸੀ ਅਸੀਂ ਤਾਂ ਇਹੀ ਸਲਾਹ ਕਰਨੀ ਸੀ ਵੀ ਭੋਗ ਤੇ ਸਾਡਾ ਕੀ ਕੀ ਬਣਦਾ। ਨਾ ਤੁਹਾਡੇ ਘਰ ਚ ਕੋਈ ਸਿਆਣੀ ਬੁੜੀ ਹੈ ਨੀ, ਤੁਸੀਂ ਮੇਰੇ ਤੋਂ ਪੁੱਛਣ ਆਏ? ਊ ਤਾਂ ਤੇਰੀ ਮਾਂ ਬਥੇਰੀ ਸਿਆਣੀ ਆ, ਆਪਦੀ ਧੀ ਨੂੰ ਬਥੇਰੀਆਂ ਸਲਾਹਾਂ ਦਿੰਦੀ ਆ। ਜਿਹੋ ਜਿਹਾ ਅੱਜ ਰੰਗ ਲਾਤਾ ਉਹੋ ਜਿਹਾ ਤੁਸੀਂ ਭੋਗ ਵਾਲੇ ਦਿਨ ਲਾ ਦੋਗੇ। ਅੱਜ ਤੁਹਾਡਾ ਰੋਟੀ ਦਾ ਹੱਕ ਨਹੀਂ ਸੀ? ਇਹ ਕੀ ਕਹੀ ਜਾਂਦੇ ਹੋ ਮੰਮੀ ਤੁਸੀਂ, ਇਹ ਤਾਂ ਪੇਕਿਆਂ ਦਾ ਹੱਕ ਹੁੰਦਾ। ਆਪੇ ਤਾਂ ਤੁਸੀਂ ਆ ਬਾਸੀ ਵਾਲਿਆਂ ਨੂੰ ਕਹਿ ਕੇ ਕਰਾ ਲਿਆ, ਇਹਨਾਂ ਦਾ ਥੋੜੀ ਫਰਜ਼ ਸੀ। ਦੇਖ ਆਪਦੇ ਪੇਕਿਆਂ ਨੂੰ ਕਿੰਨੀ ਸਿਆਣੀ ਆ, ਉਹਨਾਂ ਦੀ ਨੀ ਤੁਹਾਨੂੰ ਲਵਾ ਕੇ ਰਾਜੀ ਹੈ। ਹੁਣ ਦੱਸ ਦੋ ਮਾਸੀ ਜੀ ਕੀ ਕਰਨਾ, ਅਸੀਂ ਭੋਗ ਤੇ ਜੋ ਕਹਾਂਗੇ ਉਹ ਕਰ ਦਾਂਗੇ। ਜੇ ਭਾਈ ਤੂੰ ਪੁੱਛਦਾ ਫਿਰ ਮੈਂ ਤੈਨੂੰ ਦੱਸ ਦਿੰਨੀ ਆ ਵੀ ਤੁਹਾਡਾ ਕੀ ਕੀ ਬਣਦਾ। ਇੱਕ ਤਾਂ ਗੈਵੀ ਨੂੰ ਸੂਟ ਹੋਊਗਾ ਵਧੀਆ, ਇੱਕ ਮੈਨੂੰ ਹੋਊਗਾ, ਕਰਮੇ ਨੂੰ ਹੋਊ, ਤੇ ਨਾਲ ਕੋਈ ਟੂ ਮਛੱਲਾ ਵੀ ਹੁੰਦਾ। ਮੰਮੀ ਮੇਰਾ ਤੇ ਜਿੱਤੀ ਭੈਣ ਦਾ ਸੂਟ ਵੀ ਬਣਦਾ ਆ, ਉਹ ਤਾਂ ਤੂੰ ਕਹਿਣਾ ਹੀ ਭੁੱਲ ਗਈ। ਲੈ ਭੂਆ ਸਾਡੀ ਵਾਰੀ ਤਾਂ ਤੂੰ ਸਭ ਕੁਝ ਭੁੱਲ ਜਾਂਦੀ ਆ। ਕੋਈ ਗੱਲ ਨੀ ਭਾਈ, ਦੋ ਸੂਟ ਨੰਦਾ ਦੇ ਵੀ ਲਿਆਵਾਂਗੇ, ਫਿਕਰ ਨਾ ਕਰੋ ਤੁਸੀਂ। ਭਾਈ ਹੋਰ ਹੁਣ ਤੁਸੀਂ ਮੈਨੂੰ ਨਾ ਤੰਗ ਕਰੋ, ਮੈਂ ਤਾਂ ਸਵੇਰ ਦੀ 5 ਵਜੇ ਦੀ ਰੋ ਰੋ ਕੇ ਖਪੀ ਪਈ ਆ। ਹੁਣ ਤੁਸੀਂ ਆਪਦਾ ਜਾਓ, ਸਾਨੂੰ ਵੀ ਆਰਾਮ ਕਰਨ ਦਿਓ। ਵੀਰੇ ਕੱਲ ਫੁੱਲਾਂ ਤੇ ਟਾਈਮ ਸਿਰ ਆ ਜਿਓ। ਚਲ ਕੋਈ ਨੀ ਭੈਣੇ, ਤੂੰ ਟੈਨਸ਼ਨ ਨਾ ਲੈ, ਅਸੀਂ ਆ ਜਾਣਾ ਤੇ ਫੁੱਲਾਂ ਦੇ ਅਸੀਂ ਦੋਨੇ ਨਾਲ ਚੱਲਾਂਗੇ, ਗੱਡੀ ਆਪੇ ਹੀ ਲੈ ਆਵਾਂਗੇ। ਠੀਕ ਸ਼ੇਰੇ ਭਾਜੀ ਇੱਕ ਮਿੰਟ, ਬੇਬੇ ਦਾ ਤਾਂ ਨਾ ਕਹਿਣ ਦਾ ਸੁਭਾਅ, ਉਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਓ। ਆ ਸੂਟ ਟੂਮਾ ਇਹਨਾਂ ਖਿਹੜਾ ਛੱਡੋ ਇਹਨਾਂ ਗੱਲਾਂ ਦਾ, ਇਹ ਕੁਝ ਨਹੀਂ ਹੁਣ ਰੀਤੀ ਰਿਵਾਜਾਂ ਦਾ ਮਾਨਾ ਰਹਿ ਗਿਆ। ਅੱਜ ਕੱਲ੍ਹ ਤਾਂ ਸਾਰਿਆਂ ਨੂੰ ਇੱਕ ਦੂਜੇ ਦੇ ਹਾਲਾਤਾਂ ਦਾ ਪਤਾ ਹੀ ਹੁੰਦਾ। ਨਾਲੇ ਭੈਣ ਭਾਈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਨਾ ਮੌਕੇ ਸਿਰ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਗਿਆ ਨਾ, ਇਹਦੇ ਵਿੱਚ ਹੀ ਸਾਰਾ ਕੁਛ ਆ। ਆ ਬਾਕੀ ਚੀਜ਼ਾਂ ਰੀਤੀ ਰਿਵਾਜ ਇਹ ਤਾਂ ਸਾਰੇ ਬੇਕਾਰ ਨੇ, ਪਰ ਤੁਸੀਂ ਨਾ ਕੱਲ੍ਹ ਨੂੰ ਫੁੱਲਾਂ 'ਤੇ ਟਾਈਮ ਸਿਰ ਆ ਜਾਓ। ਬਿਲਕੁਲ ਬਿਲਕੁਲ, ਧੰਨਵਾਦ। ਬੇਬੇ ਹੁਣ ਮਾੜਾ ਮੋਟਾ ਨਾ ਤੂੰ ਕਹਿਣ ਲੱਗੀ ਥੋੜਾ ਜਿਹਾ ਸੋਚ ਲਿਆ ਕਰ, ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਤੂੰ ਇਹਨਾਂ ਨੂੰ ਕੁਛ ਕਹੀਆਂ ਨੇ। ਕਿਉਂ ਨਹੀਂ ਕਹਿਣੀਆਂ? ਜਿਹੜੇ ਵਿਹਾਰ ਹੁੰਦੇ ਆ ਕਹਿਣੇ ਨਹੀਂ, ਨੱਕ ਵਢਾਉਣਾ ਸ਼ਰੀਕੇ 'ਚ। ਇੱਕ ਤਾਂ ਮਾਰ ਲਿਆ ਹਾ ਨੱਕ ਨੇ ਤੇ ਸ਼ਰੀਕੇ ਨੇ। ਮੇਰਾ ਹੋਰ ਨਾ ਸਰਖਾ, ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲਾ। ਉਹ ਬੇਬੇ ਦੇ ਜਿੰਨੇ ਕੱਪੜੇ ਸੀ ਸਿਉਂਤੇ ਆਣ ਸਿਉਂਤੇ ਸਾਰਿਆਂ ਦੀ ਗਠੜੀ ਬੰਨੀ ਪਈ ਆ, ਫੁੱਲ ਲਿਜਾਣ ਵੇਲੇ ਉਹ ਨਾ ਕਿਤੇ ਭੁੱਲ ਜੀ, ਧਿਆਨ ਨਾਲ ਯਾਦ ਨਾਲ ਗੱਡੀ 'ਚ ਰੱਖਣੀ ਆ। ਪਰ ਬੇਬੇ ਇੰਨੇ ਸੋਹਣੇ ਸੂਟ ਹੈ, ਉੱਤੇ ਦੇਣ ਦੀ ਬਜਾਏ ਇੱਥੇ ਕਿਸੇ ਨੂੰ ਦੇ ਦਾਂਗੇ ਆਪਾਂ। ਨਾ 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 ਨਾ, ਇਹ ਵਿਚਾਰ ਹੁੰਦੀ ਆ ਨਾ, ਮਰਗ ਵਾਲੇ ਕੱਪੜੇ ਕਿਸੇ ਨੂੰ ਦੇਣੇ ਨੇ, ਨਾ ਕਿਸੇ ਨੇ ਲੈਣੇ ਨੇ, ਨਾ ਆਪਾਂ ਘਰੇ ਰੱਖਣੇ ਨੇ। ਚੱਲ ਛੱਡ ਬੇਬੇ ਤੂੰ ਇਹਨਾਂ ਗੱਲਾਂ ਨੂੰ, ਤੂੰ ਹੋਰ ਦੱਸ ਕੋਈ ਜ਼ਰੂਰੀ ਕੰਮ ਕਰਨ ਵਾਲਾ ਤਾਂ ਨਹੀਂ ਹੈਗਾ, ਉਹ ਦੱਸ ਦੇ ਉਹ ਕਰ ਆਉਂਦੇ ਆ। ਹੁਣ ਤਾਂ ਤੂੰ ਆਏ ਕਰ, ਜਾ ਕੇ ਬਲਦੇਵ ਦੀ ਹੱਟੀ ਤੋਂ ਫੁੱਲਾਂ ਦਾ ਸਮਾਨ ਸਾਰਾ ਲਿਆ, ਲਿਆ ਕੇ ਹੁਣੇ ਤਿਆਰੀ ਕਰਕੇ ਰੱਖ ਲਓ, ਸਵੇਰੇ ਫਿਰ ਲੇਟ ਨਾ ਹੋ ਜਾਓ। ਚੱਲ ਠੀਕ ਆ ਬੇਬੇ, ਪਹਿਲਾਂ ਇਹੀ ਕੰਮ ਨਿਬੇੜ ਕੇ ਆਣਾ, ਬਾਕੀ ਤਾਂ ਫੇਰ ਹੀ ਦੇਖੂਗਾ। ਤੂੰ ਇੱਥੇ ਬੈਠੀ ਕੀ ਕਰਦੀ ਆ? ਤੂੰ ਵੀ ਨਾਲ ਹੀ ਜਾ। ਹੁਣ ਪੁੱਤ ਬੋਲਣਾ ਨਹੀਂ ਕਿਸੇ ਨੇ, ਜਿਹੜਾ ਕੰਮ ਕਰਨਾ ਚੁੱਪ ਚਾਪ ਕਰ ਲਿਓ, ਰੌਲਾ ਨਹੀਂ ਮੇਰੇ ਕੋਲ ਪਾਉਣਾ, ਠੀਕ ਆ? ਆ ਜਾਓ ਆ ਜਾਓ ਚੁੱਪ ਕਰਕੇ, ਹੁਣ ਜਿੱਥੇ ਬੰਦ ਰੱਖਿਓ ਆਪਦੇ, ਜਿਵੇਂ ਮੈਂ ਕਹੂੰਗੀ ਉਵੇਂ ਕਰਿਓ। ਆਹ ਫੜ ਲਓ ਚਾਬੀ, ਠੀਕ ਆ? ਉਹ ਪੇਟੀ ਪਈ ਆ ਤੁਹਾਨੂੰ, ਆਹ ਇਹਨੂੰ ਖੋਲ। ਚੱਲ ਤੂੰ ਵੀ ਹੋ ਕਹਾਂ। ਭੂਆ ਕਿੱਥੇ ਵਾੜਦਾ, ਸਾਹ ਵੀ ਨਹੀਂ ਲਿਆ ਜਾਂਦਾ ਸਾਡੇ ਤੋਂ ਤਾਂ। ਤੂੰ ਬਹੁਤੀਆਂ ਗੱਲਾਂ ਨਾ ਮਾਰ, ਕਰ ਪਏ ਹੋਣਾ ਨੇ ਆ ਜਾਣਾ, ਤੂੰ ਪੇਟੀ ਖੋਲ ਫਟਾਫਟ, ਸਮਾਨ ਕੱਢੋ ਫਟਾਫਟ, ਖੋਲ। ਮੈਂ ਤਾਂ ਕੀ ਇੰਨੇ ਖਲਾਰੇ ਚ ਲੈ ਆਈ ਤੁਸੀਂ, ਪੇਟੀ ਰੱਖੀ ਵੀ ਕਿੱਥੇ? ਰੱਬ ਦੀ ਧੁੰਨੀ ਦੇ ਵਿੱਚ ਤਾਂ ਵੜ ਪਈ ਆ। ਹੁਣ ਇਹਦੇ ਚੋਂ ਦੱਸ ਕੀ ਕੱਢੀਏ? ਫਟਾਫਟ ਆਪਦੇ ਕੰਮ 'ਚ ਧਿਆਨ ਰੱਖੋ, ਇੱਧਰ ਉੱਧਰ ਨਾ ਝਾਕੋ ਫਰੋੜੋ। ਆਏ ਨਹੀਂ ਹੋ ਸਕਦਾ ਬੁੜੀ ਕੋਲ ਕੁਛ ਨਾ ਹੋਵੇ,
ਅੱਗ ਦਲੇ ਛਾੜ ਗੱਦੀਆਂ ਸਾਰਾ ਕੁਛ ਫਰੋਲੋ, ਕੁਛ ਤਾਂ ਕੁਛ ਨਿਕਲੂਗਾ। ਰਹਿਣ ਦੇ ਭੋਏ ਤੇ ਕੁਛ ਨੀ ਹੈਗਾ, ਕੱਖ ਨੀ ਦਿਖਦਾ ਪਿਆ ਹੈਗਾ ਸਾਨੂੰ ਤਾਂ। ਦੇਖ ਕੀ ਕਰਦੀਆਂ ਨੇ ਵੱਡੀਆਂ ਲਕਾਨਾਂ, ਤੂੰ ਸਮਾਰ ਕੇ ਫੋਲ ਸਰਾਣੇ ਸਰੂਣੇ ਫੋਲ। ਬੁੜੀਆਂ ਦੀ ਆਦਤ ਹੁੰਦੀ ਸੀ ਤੈਹਾਂ ਚ ਗੱਦਿਆਂ ਦੀਆਂ ਅਰਜਾਈਆਂ ਦੀਆਂ ਤੈਹਾਂ ਚੀਜ਼ ਰੱਖਦੀਆਂ ਸੀ। ਲੈ ਦੀਦੀ ਲਾਸਟ ਵੀ ਆਪਾਂ ਕੋਸ਼ਿਸ਼ ਕਰ ਹੀ ਲਈਏ। ਕੀ ਇੱਥੇ ਲੱਭਣਾ ਕੰਬਲਾਂ ਚ ਸਰਾਣਿਆਂ ਚ? ਦੱਸ ਕੀ ਆ ਦੀਦੀ ਸਰਾਣਾ ਪਿਆ, ਇਹਨੂੰ ਦੇਖ ਲਈਏ ਆਪਾਂ। ਕੀ ਅਮਾ ਤਾਂ ਸਰਾਣਾ, ਆਹ ਸਰਾਣਾ ਇੱਥੇ ਇੱਕ, ਇਹਦੇ ਵਿੱਚ ਦੇਖ ਦੇਖ ਸਮਾਰ ਕੇ ਦੇਖ। ਮੇਰੇ ਵੱਲ ਨੂੰ ਮੂੰਹ ਚੱਕ ਚੱਕਣ ਲੱਗ ਜਾਂਦੀ ਆ। ਟੁੰਮਾ ਖੜਕਰੀਆਂ ਲੱਗਦੀਆਂ ਨੇ, ਲਿਆਓ ਦੇਖਦੀਆਂ ਕੀ ਉਹ। ਫਟਾਫਟ ਪੇਟੀ ਨੂੰ ਤਾਲਾ ਲਾ ਕੇ ਟੁੰਮਾ ਇੱਧਰ ਲਿਆਓ। ਯਾਦ ਕਰੇਗੀ ਵੀ ਭੂਆ ਨਾ ਵਾਹ ਪਿਆ ਸੀ, ਤੂੰ ਰੱਖ ਲਾ ਫਟਾਫਟ ਸਾਂਭ ਲੈ ਲਕੋ ਲਾ। ਆ ਪਿੱਪਲ ਪੱਤੀਆਂ ਮੈਂ ਲੈ ਲੂੰਗੀ, ਇਹ ਵੀ ਨਾ ਰੱਖ ਲਈ ਤੂੰ ਚੱਕ ਲੈ। ਸ਼ਾਬਾਸ਼ ਫੁੱਲਾ ਪਰਾਲੀ ਤੇ ਆ ਵੰਡ ਵੰਡਈਏ ਚ ਜੇ ਕੋਈ ਕਸਰ ਰਹਿ ਗਈ ਹੋਵੇ ਨਾ ਪੇਟੀ ਚ ਖੋਲ ਲੈ, ਬੁੜੀ ਨੇ ਜਰੂਰ ਆਹ ਗੱਦਿਆਂ ਚ ਲੁਕੋ ਕੇ ਰੱਖਿਆ ਨਾ। ਮੈਂ ਸਾਰਾ ਕੁਛ ਆਪਦੇ ਅੱਖੀ ਦੇਖਿਆ ਤੇ ਕੰਨੀ ਸੁਣ ਲਿਆ। ਇਹਦੇ ਚ ਕੀ ਆ, ਬੇਬੇ ਦੀ ਸੇਵਾ ਅਸੀਂ ਕੀਤੀ ਆ, ਅਸੀਂ ਰੱਖਿਆ। ਜੇ ਕੋਈ ਹੋਰ ਹੱਥ ਹੱਥ ਮਾਰ ਕੇ ਲੈ ਜਾਂਦਾ ਫੇਰ ਚੰਗਾ ਸੀ। ਚੱਲ ਤੂੰ ਬੇਬੇ ਸਾਰੀਆਂ ਗੱਲਾਂ ਤੇ ਮਿੱਟੀ ਪਾ, ਮੈਨੂੰ ਇੱਕ ਗੱਲ ਦੱਸ ਦੇ ਨਾ। ਬੇਬੇ ਦੇ ਸੂਟ ਨਵੇਂ ਪੁਰਾਣੇ ਸਾਰੇ ਇਕੱਠੇ ਕਰਕੇ, ਦਵਾਈ ਬੂਟੀਆਂ ਐਨਕਾਂ ਸਭ ਕੁਝ ਤਾਂ ਤੂੰ ਪੋਟਲੀ ਬੰਨ ਕੇ ਥੱਲੇ ਰੱਖਤੀਆਂ। ਕਹਿੰਦੇ ਵੀ ਕੀਰਤਪੁਰ ਸਾਹਿਬ ਜਾ ਕੇ ਉੱਥੇ ਦੇ ਆਉਣਾ ਯਤੀਮ ਖਾਨੇ ਦੇ ਵਿੱਚ, ਕਿਉਂਕਿ ਮਰਗ ਵਾਲੇ ਦੀ ਕਹਿੰਦੇ ਕੋਈ ਚੀਜ਼ ਰੱਖੀ ਦੀ ਨਹੀਂ ਹੁੰਦੀ, ਐਵੇਂ ਵਿਚਾਰ ਹੁੰਦਾ। ਤੇ ਆਹ ਇਹ ਜਿਹੜੀਆਂ ਟੂਮਾਂ ਨੇ ਇਹ ਮਰਗ ਵਾਲੇ ਦੀਆਂ ਨਹੀਂ ਹੈ, ਇਹਦਾ ਕੋਈ ਵਿਚਾਰ ਨਹੀਂ ਹੈ ਤੁਹਾਨੂੰ? ਇਹ ਜਿਹੜਾ ਵਿਚਾਰ ਹੁੰਦਾ ਇਹ ਇਕੱਲਾ ਕੱਪੜੇ ਗੱਦੇ ਮੰਜੇ ਇਹੋ ਜਿਹੀਆਂ ਚੀਜ਼ਾਂ ਦਾ ਹੀ ਹੁੰਦਾ। ਆਹ ਟੂਮਾਂ ਦਾ ਘਰ ਬਾਰ ਬੱਚੇ ਸਾਰਾ ਕੁਛ, ਇਹਨਾਂ ਦਾ ਕੋਈ ਵਿਚਾਰ ਨਹੀਂ ਹੁੰਦਾ? ਓਏ ਇਹ ਵੀ ਤਾਂ ਸਾਰੀਆਂ ਉਹਦੀਆਂ ਯਾਦਾਂ ਹੀ ਨੇ। ਕਿੰਨੀ ਵਧੀਆ ਗੱਲ ਹੈ ਤੇ ਸੌਖਾ ਜਿਹਾ ਤਰੀਕਾ ਵੀ ਜਿਹੜੀਆਂ ਕੀਮਤੀ ਚੀਜ਼ਾਂ ਨੇ ਉਹ ਵਿਚਾਰ ਦਾ ਕਹਿ ਕੇ ਆਉਂਦੀਆਂ, ਇਹ ਲਕੋ ਲਓ, ਦੂਜੀਆਂ ਵਿਚਾਰ ਕਹਿ ਕੇ ਛੱਡ ਦਿਓ। ਜਿਹੜੀਆਂ ਤਾਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਉਹਦੀਆਂ ਨਿਸ਼ਾਨੀਆਂ ਸਮਝ ਕੇ ਕਹਿ ਦਿੰਦੇ ਆ ਵੀ ਰੱਖ ਲਓ, ਵੰਡ ਲਓ, ਇੱਕ ਇੱਕ ਲੈ ਲਓ ਜਾਂ ਸਾਰੀਆਂ ਇੱਕ ਨੂੰ ਦੇ ਦਿਓ। ਪਰ ਜਿਹੜੀਆਂ ਉਹਦੀਆਂ ਉੱਪਰ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਮੰਨ ਲਓ ਕੱਪੜੇ, ਜਿਨ੍ਹਾਂ ਨੂੰ ਆਪਾਂ ਫਾਲਤੂ ਚੀਜ਼ਾਂ ਕਹਿ ਦਿੰਦੇ ਨੇ, ਵੀ ਜਿਹੜੀ ਨੂੰ ਆਪਾਂ ਇਹ ਮੰਨਦੇ ਨੇ ਵੀ ਇਹ ਸਾਡੇ ਕੰਮ ਦੀਆਂ ਨਹੀਂ ਹੈਗੀਆਂ, ਉਹ ਚੱਕ ਕੇ ਆਪਾਂ ਕੀਰਤਪੁਰ ਸਾਹਿਬ ਦੇ ਦਿੰਦੇ ਹਾਂ, ਇਹ ਕਿੱਥੇ ਕੁ ਤੱਕ ਸਹੀ ਹੈ? ਇਸ ਗੱਲ 'ਤੇ ਵਿਚਾਰ ਕਰਿਓ ਜ਼ਰੂਰ ਵੀ ਜਿਹੜੀਆਂ ਇਹ ਕੀਮਤੀ ਚੀਜ਼ਾਂ ਨੇ
ਵੀ ਇਹ ਵੀ ਉਹ ਫਾਲਤੂ ਚੀਜ਼ਾਂ ਦੇ ਨਾਲ ਜਲ ਪ੍ਰਵਾਹ ਨਹੀਂ ਹੋਣੀਆਂ ਚਾਹੀਦੀਆਂ। ਰਹਿੰਦੇ ਰਹਿੰਦੇ ਐਡਾ ਜਿਗਰਾ ਕੌਣ ਕੱਢੂ। ਪਰ ਇਸ ਸੰਬੰਧੀ ਤੁਸੀਂ ਆਪਣੇ ਬਹੁ ਮੁੱਲੇ ਵਿਚਾਰ ਸਾਨੂੰ ਕਮੈਂਟਸ ਰਾਹੀਂ ਦੇਣਾ ਨਾ ਭੁੱਲਿਓ।